ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਸਮੇ ਸਾਡੇ ਨਾਲ ਮੌਜੂਦ ਹਨ ਪੰਥ ਦੇ ਮਹਾਨ ਪ੍ਰਚਾਰਕ ਸਹਿਬਾਨ ਵੀਰ ਗੁਰਦੀਪ ਸਿੰਘ ਜੀ ਪੌਂਟਾ ਸਾਹਿਬ ਵਾਲੇ ਜੋ ਕਿ ਮੌਜੂਦਾ ਤੌਰ ਤੇ ਇਸ ਸਮੇ ਪੌਂਟਾ ਸਾਹਿਬ ਦੇ ਚ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤੇ ਆਓ ਅੱਜ ਆਪਾਂ ਗੁਰਦੁਆਰਾ ਪੌਂਟਾ ਸਾਹਿਬ ਜੀ ਦੇ ਪਾਵਨ ਦਰਸ਼ਨ ਦਿਦਾਰੇ ਵੀਰ ਜੀ ਦੀ ਜਵਾਨੀ ਕਰਦੇ ਆ ਕਿਉਂਕਿ ਪੌਂਟਾ ਸਾਹਿਬ ਪਾਵਨ ਧਰਤੀ ਜਿਹੜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਰਨ ਸ਼ੋ ਧਰਤੀ ਹੈ ਉੱਥੋਂ ਦਾ ਸਾਰਾ ਇਤਿਹਾਸ ਜਿਹੜਾ ਸਾਡੇ ਵੀਰ ਜੀ ਆਪਣੇ ਸਾਰੇ ਨਾਲ ਸਾਂਝਾ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਸੰਗਤਾਂ ਦੇ ਰੂਬਰੂ ਕਰੋ ਉਸ ਪਾਵਨ ਧਰਤੀ ਪੌਂਟਾ ਸਾਹਿਬ ਦੇ ਇਤਿਹਾਸ ਨੂੰ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ 4.5 ਸਾਲ ਬਤੀਤ ਕੀਤੇ ਨੇ ਜੀ ਜਰੂਰ ਜੀ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਪੌਂਟਾ ਸਾਹਿਬ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨਛੋਪਾ ਪ੍ਰਾਪਤ ਧਰਤੀ ਹੈ ਸਤਿਗੁਰੂ ਗੁਰ ਕਲਗੀ ਤਰਪਤਾ ਮਹਾਰਾਜ ਜੀ ਨੇ ਲਗਭਗ 4.5 ਸਾਲ ਉਸ ਪਾਵਨ ਧਰਤੀ ਨੂੰ ਨਿਵਾਜਣਾ ਕੀਤਾ ਹੈ ਬੇਅੰਤ ਕੋਟਕ ਉਸ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਕੀਤੇ ਨੇ ਉਹ रियासत ਹੈ ਜੀ ਸਰਮੌਰ रियासत ਉਹਦੀ ਰਾਜਧਾਨੀ ਹੈ ਨਹਾਨ ਨਾਨ ਜਿਹੜੀ ਰਾਜਧਾਨੀ ਹੈ ਸਮੋਰ ਰਿਆਸਤ ਦਾ ਰਾਜਾ 33ਵਾਂ ਹੈ ਰਾਜਾ ਮੇਧਨੀ ਪ੍ਰਕਾਸ਼ ਤੇ ਜਿਹੜਾ ਰਾਜਾ ਫਤਿਹशाह ਹੈ ਇਹ ਗੜਵਾਲ ਰਿਆਸਤ ਦਾ ਰਾਜਾ ਹੈ ਗੜਵਾਲ ਰਿਆਸਤ ਵੱਡੀ ਹੈ ਤੇ ਇਹ ਰਾਜੇ ਨੇ ਆਪਣੀਆਂ ਰਾਤ ਦੀਆਂ ਹੱਦਾਂ ਨੂੰ ਜਦੋਂ ਵਧਾਣਾ ਆਰੰਭ ਕਰ ਦਿੱਤਾ ਤੇ ਉਸ ਵੇਲੇ ਰਾਜਾ ਮੇਧਨੀ ਪ੍ਰਕਾਸ਼ ਦੇ ਇਲਾਕੇ ਨੂੰ ਵੀ ਨੇ ਮਲਣਾ ਆਰੰਭ ਕਰ ਦਿੱਤਾ ਰਾਜਾ ਮੇਧਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਔਰੀ ਰਿਆਸਤ ਵੀ ਛੋਟੀ ਹੈ ਤੇ ਉਹਦੀ ਫੌਜ ਵੀ ਛੋਟੀ ਹੈ ਉਹ ਲੜ ਕਰਕੇ ਰਾਜਾ ਫਤਿਹशाह ਦਾ ਮੁਕਾਬਲਾ ਨਹੀਂ ਕਰ ਸਕਦਾ ਇਸ ਕਰਕੇ ਉਹ ਆਪਣੇ ਇਸਤ ਜਿਹੜੇ ਨੇ ਉਹਨਾਂ ਦੇ ਸਤਿਕਾਰਯੋਗ ਮਹਾਂਪੁਰਖ ਕਾਲਪ੍ਰਿ ਰਿਸ਼ੀ ਜੀ ਜੋ ਕਾਲਸੀ ਦੀ ਧਰਤੀ ਤੇ ਰਹਿੰਦੇ ਨੇ ਤੇ ਉਹਨਾਂ ਦੀ ਸ਼ਰਣ ਦੇ ਵਿੱਚ ਗਿਆ ਜਾ ਕਰਕੇ ਬੇਨਤੀ ਕੀਤੀ ਵੀ ਮਹਾਂਪੁਰਖੋ ਇਸ ਤਰੀਕੇ ਦੇ ਨਾਲ ਗੱਲ ਬਣ ਗਈ ਹੈ ਵੀ ਰਾਜਾ ਫਤਿਹ ਸ਼ਾ ਮੇਰਾ ਇਲਾਕਾ ਨੰਪੀ ਜਾ ਰਿਹਾ ਤੇ ਮੈਂ ਲੜ ਕਰਕੇ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਤੁਸੀਂ ਮੇਰੇ ਉੱਤੇ ਕਿਰਪਾ ਕਰੋ ਮੇਰਾ ਰਿਆਸਤ ਇਹ ਇਲਾਕਾ ਵੀ ਮੇਰਾ ਬਚ ਜਾਏ ਤੇ ਮੇਰੀ ਉਹਨੂੰ ਉਹਨਾਂ ਨਾਲ ਲੜਨਾ ਵੀ ਨਾ ਪਵੇ ਤੋ ਉਸ ਵੇਲੇ ਵੀ ਮਹਾਪੁਰਖ ਜਿਹੜੇ ਕਾਲਪ੍ਰੇ ਰਿਸ਼ੀ ਜੀ ਸਨ ਉਹਨਾਂ ਨੇ ਕਿਹਾ ਵੀ ਤੁਸੀਂ ਇੰਜ ਕਰੋ ਵੀ ਗੁਰੂ ਗੋਬਿੰਦ ਰਾਏ ਜੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤ ਹੈ ਉਹਨਾਂ ਦੀ ਸ਼ਰਣ ਦੇ ਵਿੱਚ ਚਲੇ ਜਾਓ ਤੇ ਰਾਜਾ ਮੇਧਨੀ ਪ੍ਰਕਾਸ਼ ਨੇ ਰਾਜਾ ਮਹਾਪੁਰਖ ਜਿਹੜੇ ਕਾਲਪ੍ਰੇ ਰਿਸ਼ੀ ਜੀ ਸਨ ਉਹਨਾਂ ਦੀ ਆਗਿਆ ਅਨੁਸਾਰ ਤੇ ਆਪਣਾ ਇੱਕ ਵਕੀਲ ਵਜ਼ੀਰ ਭੇਜਿਆ ਹੈ ਉਹਦੇ ਕੋਲ ਇੱਕ ਸੋਹਣਾ ਪੱਤਰ ਬੇਨਤੀ ਭਰੂ ਲਿਖਿਆ ਸਤਗੁਰੂ ਮਹਾਰਾਜ ਜੀ ਦੇ ਲਈ ਕੀਮਤੀ ਤੋਹਫੇ ਭੇਜੇ ਸਤਗੁਰ ਮਹਾਰਾਜ ਜੀ ਦੇ ਕੋਲ ਆਨੰਦਪੁਰ ਸਾਹਿਬ ਜਾ ਕਰਕੇ ਜਦੋਂ ਉਹਨਾਂ ਨੇ ਬੇਨਤੀ ਕੀਤੀ ਤੇ ਸਤਗੁਰ ਜੀ ਮਹਾਰਾਜ ਰਾਜਾ ਮਿਹਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕਰਕੇ ਪਰਿਵਾਰ ਸਮੇਤ ਗੁਰੂ ਕੇ ਸਿੱਖਾਂ ਸੰਗਤਾਂ ਦੇ ਸਮੇਤ ਆਨੰਦਪੁਰ ਸਾਹਿਬ ਤੋਂ ਚੱਲ ਕਰਕੇ ਨਹਾਨ ਪਹੁੰਚਦੇ ਨੇ ਉਸ ਦਿਨ ਸਤਗੁਰ ਜੀ ਨਹਾਨ ਦੇ ਵਿੱਚ ਟਿਕੇ ਤੇ ਰਾਜਾ ਮਿਹਦਨੀ ਪ੍ਰਕਾਸ਼ ਨੇ ਕਿਹਾ ਮਹਾਰਾਜ ਮੇਰੀ ਜਿੰਨੀ ਰਿਆਸਤ ਹੈ ਉਹਦੇ ਵਿੱਚ ਤੁਸੀਂ ਕਿਰਪਾ ਕਰਕੇ ਚਰਨ ਪਾਓ ਤੇ ਸਤਗੁਰ ਜੀ ਮਹਾਰਾਜ ਰਾਜਾ ਮਿਹਦਨੀ ਪ੍ਰਕਾਸ਼ ਦੇ ਨਾਲ ਨਹਾਨ ਤੋਂ ਆਪਣੇ ਘੋੜਿਆਂ ਤੇ ਸਵਾਰ ਹੋਏ ਪੌਂਡਾ ਸਾਹਿਬ ਜੀ ਦੀ ਜਦੋਂ ਪਾਵਨ ਧਰਤੀ ਦੇ ਮਹਾਰਾਜ ਪਹੁੰਚਦੇ ਨੇ ਇੱਕ ਪਾਸੇ ਇਹ ਮੰਨਾ ਚੱਲ ਰਹੀ ਹੈ ਦੂਜੇ ਪਾਸੇ ਉੱਚ-ਉੱਚੇ ਪਹਾੜ ਨੇ ਤੀਜੇ ਪਾਸੇ ਦੂਰ ਤੱਕ ਜੰਗਲ ਨੇ ਹਰਿਆਵਲ ਤਾਂ ਹੀ ਹਰਿਆਵਲ ਤਾਂ ਪੌਂਡਾ ਸਾਹਿਬ ਦਾ ਇਲਾਕਾ ਵੀ ਸਾਰਾ ਹਸ ਵੇਲੇ ਜੰਗਲਮਈ ਸਾ ਸੋਹਣਾ ਇਲਾਕਾ ਵੇਖ ਕਰਕੇ ਸਤਗੁਰੂ ਮਹਾਰਾਜ ਨੇ ਉੱਥੇ ਰਹਿਣ ਦਾ ਮਨ ਬਣਾਇਆ ਰਾਜਾ ਮਿਹਦਨੀ ਪ੍ਰਕਾਸ਼ ਵੱਲੋਂ ਜੋਗ ਪ੍ਰਬੰਧ ਕੀਤੇ ਗਏ ਤੇ ਸਤਗੁਰੂ ਜੀ ਮਹਾਰਾਜ ਨੇ ਪੌਂਡਾ ਸਾਹਿਬ ਦੀ ਧਰਤੀ ਨੂੰ ਮੱਗਰ ਦੇ ਮਹੀਨੇ ਦੀ ਸੰਗਰਾਣ ਵਾਲੇ ਦਿਨ ਪੋਂਡਾ ਸਾਹਿਬ ਜੀ ਦਾ ਨੀਂਹ ਪੱਥਰ ਸਤਗੁਰ ਮਹਾਰਾਜ ਜੀ ਨੇ ਰੱਖਣਾ ਕੀਤਾ ਮੋੜੀ ਗੱਡੀ ਨਗਰ ਬਸਾਇਆ ਹੈ ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਪਾਉਂ ਟਕਿਉ ਸਤਗੁਰੂ ਕੋ ਸ਼੍ਰੀ ਅਨੰਦਪੁਰ ਤੇ ਆਏ ਤਾਂ ਤੇ ਪਾਮਟਾ ਨਾਮ ਭਇਓ ਸਭ ਦੇਸ਼ਨ ਪ੍ਰਗਟਾਏ ਸਤਗੁਰ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਮੰਗੋਹੀਂ ਪੋਂਡਾ ਸਾਹਿਬ ਵਿਖੇ ਰੌਣਕਾਂ ਲੱਗ ਗਈਆਂ ਮਹਾਂਤ ਕਿਰਪਾਲਦਾਸ ਜੀ ਆਪਣੇ ਕਿੰਨੇ ਉਦਾਸੀ ਸਾਧੂਆਂ ਦੇ ਨਾਲ ਸਤਗੁਰ ਜੀ ਦੇ ਪਾਵਨ ਸਥਾਨ ਤੇ ਉੱਥੇ ਡੇਰੇ ਦੇ ਵਿੱਚ ਪਹੁੰਚੇ ਨੇ ਉੱਥੇ ਹੀ ਪਾਵਨ ਸਥਾਨ ਦੇ ਪੀਰ ਬੁੱਧੂ ਸ਼ਾਹ ਜੀ ਸਤਿਗੁਰ ਮਹਾਰਾਜ ਜੀ ਇਹ ਪਹਿਲੀ ਵਾਰ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੇ ਉਸੇ ਸਥਾਨ ਦੇ ਉੱਤੇ ਸਤਿਗੁਰ ਜੀ ਦੇ ਪਾਵਨ ਦਰਬਾਰ ਵਿੱਚ 52 ਕਵੀ ਸ਼ੁਭਾ ਪਾਉਂਦੇ ਨੇ ਤੇ ਇਹ 52 ਕਵੀ ਵਖ ਵਖ ਭਾਸ਼ਾਵਾਂ ਦੇ ਨਾਲ ਸੰਬੰਧ ਰੱਖਦੇ ਨੇ ਜਦੋਂ ਆਪਾਂ ਵਿਦਵਾਨਾਂ ਨੂੰ ਪੜ੍ਹਦੇ ਹਾਂ 19 ਭਾਸ਼ਾਵਾਂ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ 52 ਕਵੀ ਸਤਿਗੁਰ ਜੀ ਦੇ ਦਰਬਾਰ ਦੇ ਵਿੱਚ ਉਸ ਵੇਲੇ ਸ਼ੁਭਾ ਪਾਉਂਦੇ ਸਨ ਸਾਰੇ ਕਵੀਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਮਹਾਰਾਜ ਜਦੋਂ ਕਵਿਤਾ ਰਚਦੇ ਆ ਕਿ ਕਵਿਤਾ ਸੁਣਾਉਣੀ ਆ ਯਮਨਾ ਦਾ ਪਾਣੀ ਬੜਾ ਸ਼ੋਰ ਕਰਦਾ ਤੇ ਸਤਗੁਰ ਮਹਾਰਾਜ ਜੀ ਨੇ ਉਸ ਵੇਲੇ ਫਿਰ ਯਮਨਾ ਨੂੰ ਹੁਕਮ ਕੀਤਾ ਸੀ ਯਮਨਾ ਇਹ ਤੁਹਾਡੇ ਪਾਣੀ ਦਾ ਸ਼ੋਰ ਮੈਨਾਂ ਦੀ ਕਵਿਤਾ ਰਚਣ ਦੇ ਸੁਣਾਉਣ ਵਿੱਚ ਬੜਾ ਬਿਗਨ ਪਾਉਂਦਾ ਸਾਡਾ ਹੁਕਮ ਹੈ ਵੀ ਅੱਜ ਤੋਂ ਬਾਅਦ ਤੁਸੀਂ ਪੌਂਡਾ ਸਾਹਿਬ ਦੇ ਕੋਲ ਜਦੋਂ ਵੀ ਲੰਘਣਾ ਹੈ ਸ਼ਾਂਤ ਹੋ ਕੇ ਲੰਘਣਾ ਹੈ 300 350 335 36 ਸਾਲ ਹੋ ਗਏ ਨੇ ਗੁਰੂ ਪਿਆਰੇਓ ਅੱਜ ਤੱਕ ਯਮਨਾ ਨਮਾਣੀ ਗੁਰਕਲਗੀ ਤਰਪੇਤਾ ਦਾ ਹੁਕਮ ਮੰਨਦੀ ਹੋਈ ਪੌਂਡਾ ਸਾਹਿਬ ਜੀ ਦੇ ਕੋਲ ਬਿਲਕੁਲ ਸ਼ਾਂਤ ਵਗਦੀ ਹੈ ਤੇ ਪਹਿਲਾਂ 14 ਜੰਗਾ ਗੁਰਕਲਗੀ ਤਰਪੇਤਾ ਮਹਾਰਾਜ ਜੀ ਨੇ ਜਾ ਆਪਣੇ ਜੀਵਨ ਕਾਲ ਦੇ ਵਿੱਚ ਜ਼ੁਲਮ ਦੇ ਖਿਲਾਫ ਲੜੀਆਂ ਨੇ ਪਹਿਲੀ ਜੰਗ ਆ ਪਗਾਣੀ ਸਾਹਿਬ ਜੀ ਦੀ ਜਿਹੜੀ ਗੁਰਦੁਆਰਾ ਪੌਂਟਾ ਸਾਹਿਬ ਜੀ ਤੋਂ 20 ਕਿਲੋਮੀਟਰ ਦੂਰ ਜਾ ਕਰਕੇ ਪਗਾਣੀ ਦੇ ਮੈਦਾਨ ਦੇ ਵਿੱਚ ਲੜੀ ਗਈ ਹੈ ਤੇ ਉਹਦੇ ਵਿੱਚ ਸਤਗੁਰ ਮਹਾਰਾਜ ਜੀ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਜਦ ਅੱਜ ਆਪਾਂ ਫਤਿਹ ਬੁਲਾਉਣੇ ਆ ਰਹੇ ਤਨਾਮ ਵਿੱਚ ਬਚਨਾਂ ਦੇ ਅੱਗੇ ਆਬਰ ਸਿੰਘ ਜੂ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵਾ ਇਹ ਫਤਿਹ ਦੀ ਦਾਤ ਵੀ ਮਹਾਰਾਜ ਗੁਰ ਕਲਗੇ ਤਰਪਿਤਾ ਨੇ ਪਗਾਨੀ ਸਾਹਿਬ ਜੀ ਦਾ ਜੰਗ ਜਿੱਤਣ ਤੋਂ ਬਾਅਦ ਜਦੋਂ ਆ ਕਰਕੇ ਗੁਰੂ ਕੀ ਅਸਿਕ ਸੰਗਤਾਂ ਨੇ ਯੋਧਿਆਂ ਨੂੰ ਸੂਰਮਿਆਂ ਨੇ ਵਧਾਈਆਂ ਦਿੱਤੀਆਂ ਸੱਚੇ ਪਾਤਸ਼ਾਹ ਜੰਗ ਜਿੱਤੇ ਆ ਵਧਾਈ ਹੋਵੇ ਤੇ ਮਹਾਰਾਜ ਜੀ ਨੇ ਕਿਹਾ ਨਹੀਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਖਾਲਸਾ ਵੀ ਵਾਹਿਗੁਰੂ ਜੀ ਦਾ ਹੈ ਤੇ ਇਹ ਫਤਿਹ ਵੀ ਵਾਹਿਗੁਰੂ ਜੀ ਦੀ ਹੈ ਸਾਡੀ ਕੋਈ ਜਿੱਤ ਨਹੀਂ ਹੈ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਮਹਾਰਾਜ ਜਦੋਂ ਪੋਂਟਾ ਸਾਹਿਬ ਪਹੁੰਚੇ ਨੇ ਪਤਾ ਲੱਗਿਆ ਵੀ ਘਰ ਦੇ ਵਿੱਚ ਬਾਲਕ ਦਾ ਜਨਮ ਹੋਇਆ ਤੇ ਸਭ ਜੱਦਾ ਅਜੀਤ ਸਿੰਘ ਉਹਨਾਂ ਦਾ ਨਾਮ ਰੱਖਿਆ ਗਿਆ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੋਂਟਾ ਸਾਹਿਬ ਹੁਣ ਦੂਜਾ ਨਾਮ ਪੌਂਡਾ ਸਹੇਦ ਦਾ ਬਾਬਾ ਅਜੀਤ ਜਨਮ ਸਥਾਨ ਬਾਬਾ ਅਜੀਤ ਸਿੰਘ ਜੀ ਵੀ ਸੰਗ ਸੰਗ ਤਾਂ ਆਖਦੀਆਂ ਨੇ ਬੜੀ ਭਾਵਨਾ ਦੇ ਨਾਲ ਤੇ ਮਾਂ ਬੁਰਕ ਕਾਲਪ੍ਰੀਸੀ ਜੀ ਜਿਨ੍ਹਾਂ ਨੇ ਰਾਜਾ ਮੇਧਨੀ ਪ੍ਰਕਾਸ਼ ਨੂੰ ਸਤਿਗੁਰੂ ਜੀ ਦੀ ਸ਼ਰਣ ਦੇ ਵਿੱਚ ਭੇਜਿਆ ਸੀ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਕਲਸੀ ਤੋਂ ਮਹਾਰਾਜ ਜੀ ਪੌਂਡਾ ਸਾਹਿਬ ਲੈ ਕਰਕੇ ਆਏ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਨੇ ਵੀ ਪ੍ਰਭੂ ਜੀ ਨੂੰ ਬਿਆਨ ਕੀਤਾ ਤੇ ਉਹਨਾਂ ਦਾ ਸੰਸਕਾਰ ਮਹਾਰਾਜ ਨੇ ਆਪਣੇ ਹੱਥੀ ਪੌਂਡਾ ਸਾਹਿਬ ਜੀ ਵਿਖੇ ਕੀਤਾ ਪੀਰ ਬੁੱਧੂ ਸ਼ਾਹ ਜੀ ਜਿਹੜਾ ਪਹਾਣੀ ਸਾਹਿਬ ਦਾ ਜੰਗ ਹੋਣ ਲੱਗਾ ਚਾਰ ਪੁੱਤਰ ਦੋ ਭਰਾ ਤੇ ਕੇ 700 ਮਰੀਦਾਂ ਦੇ ਨਾਲ ਪਹਾਣੀ ਦੇ ਜੰਗ ਦੇ ਵਿੱਚ ਸ਼ਿਰਕਤ ਕਰਦੇ ਨੇ ਦੋ ਪੁੱਤਰ ਇੱਕ ਭਰਾ ਤੇ ਕਿੰਨੇ ਹੀ ਮਰੀਦ ਉਹਨਾਂ ਦੇ ਪਹਾਣੀ ਦੇ ਜੰਗ ਵਿੱਚ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਤੋਂ ਜਦੋਂ ਘਰ ਨੂੰ ਜਾਣ ਦੇ ਲਈ ਆਗਿਆ ਲੈਣ ਦੇ ਲਈ ਆਏ ਤੇ ਮਹਾਰਾਜ ਜੀ ਦੇ ਕੋਲੋਂ ਜਦੋਂ ਸਤਿਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਵੀ ਮੰਗੋ ਕੀ ਚਾਹੀਦਾ ਹੈ ਤੋ ਉਸ ਵੇਲੇ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਦੇਣਾ ਹੀ ਹੈ ਤੇ ਜੋ ਕੇਸਾਂ ਦੇ ਵਿੱਚ ਕੰਗਾ ਕਰ ਰਹੇ ਹੋ ਕੇਸਾਂ ਸਣੇ ਮੇਰੀ ਝੋਲੀ ਪਾ ਦਿਓ ਨਾਲ ਹੀ ਸਤਿਗੁਰ ਮਹਾਰਾਜ ਕੇਸਾਂ ਸਣੇ ਕੰਗਾ ਆਪਣੀ ਦਸਤਾਰ ਦੇ ਵਿੱਚੋਂ ਅੱਧੀ ਦਸਤਾਰ, ਕਮਰ ਕਸੀ ਦੀ ਛੋਟੀ ਕਿਰਪਾਨ, ਪੀਰ ਬੁੱਧੂ ਸਾਹਿਬ ਜੀ ਨੂੰ ਦੇ ਕਰਕੇ ਬਖਸ਼ਿਸ਼ਾਂ ਕਰਕੇ ਰਹਿਮਤਾਂ ਕਰਕੇ ਪੋਂਡਾ ਸਾਹਿਬ ਜੀ ਦੇ ਵਿੱਚੋਂ ਨਿਵਾਜ਼ ਕਰਕੇ ਉਹਨਾਂ ਦੇ ਘਰ ਪਿੰਡ ਸਡੋਰੇ ਨੂੰ ਭੇਜਣਾ ਕੀਤਾ ਤੇ ਹੋਰ ਵੀ ਬਿਆੰਤ ਕੋਤਕ ਸਤਗੁਰੂ ਮਹਾਰਾਜ ਜੀ ਪੋਂਡਾ ਸਾਹਿਬ ਦੀ ਧਰਤੀ ਦੇ ਕੀਤੇ ਨੇ ਤੇ ਜਾਪ ਸਾਹਿਬ ਅਕਾਲ ਉਸਤਤ ਚੰਡੀ ਦੀ ਬਾਾਰ ਚਿੱਤਰਨਾਟਕ ਦਾ ਬਹੁਤਾ ਹਿੱਸਾ ਉਹੀ ਪੋਂਡਾ ਸਾਹਿਬ ਜੀ ਵਿਖੇ ਮਹਾਰਾਜ ਜੀ ਨੇ ਆਪ ਕਲੰਬੰਦ ਕੀਤਾ ਜਿਹੜੀਆਂ ਕਲਮਾਂ ਨੇ ਨਾਲ ਸਤਗੁਰੂ ਜੀ ਨੇ ਇਹ ਪਾਵਨ ਬਾਣੀ ਨੂੰ ਲਿਖਣਾ ਕੀਤਾ ਉਹ ਕਲਮਾਂ ਅੱਜ ਵੀ ਪੌਂਟਾ ਸਾਹਿਬ ਦੀ ਧਰਤੀ ਤੇ ਸ਼ੋਭਾ ਪਾ ਰਹੀਆਂ ਨੇ ਤੇ ਇਹ ਪਾਵਨ ਇਤਿਹਾਸ ਪੌਂਟਾ ਸਾਹਿਬ ਜੀ ਦਾ ਹੈ ਜਦੋਂ ਕਵੀ ਜਾਨਾ ਜਿਹੜੇ ਵਿਦਵਾਨ ਸੱਜਣ ਸਪੌਂਟਾ ਸਾਹਿਬ ਦੀ ਧਰਤੀ ਤੇ ਆਏ ਉੱਥੇ ਦੀਆਂ ਵਰਗਤਾਂ ਵੇਖੀਆਂ ਉਹਨਾਂ ਨੇ ਇਹ ਬਚਨ ਆਪ ਮੁਹਾਰੇ ਉਹਨਾਂ ਦੇ ਕਲਮ ਦੇ ਵਿੱਚੋਂ ਨਿਕਲੇ ਨੇ ਨਗਰ ਪੌਂਟਾ ਜੋ ਚਲ ਆਵੇ ਮਨੋ ਕਾਮਨਾ ਗੁਰਥੀ ਪਾਵੇ ਪਾਵਨ ਸਥਾਨ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਸਰਮੌਰ ਦੇਹਰਾਦੂਨ ਤੋਂ 50 ਕਿਲੋਮੀਟਰ ਦੂਰ ਚੰਡੀਗੜ੍ਹ ਤੋਂ ਲਗਭਗ 125 ਕਿਲੋਮੀਟਰ ਦੂਰ ਤੇ Shimla ਤੋਂ ਲਗਭਗ 125 ਕਿਲੋਮੀਟਰ ਦੂਰ ਹੈ ਤੇ ਜਿਹੜਾ ਬਿਲਕੁਲ ਯਮਨਾ ਦੇ ਕਿਨਾਰੇ ਉੱਤਰਾਖੰਡ ਦੇ ਬਾਰਡਰ ਦੇ ਉੱਤੇ ਬਸਿਆ ਹੋਇਆ ਬਹੁਤ ਹੀ ਰਮਣੀਕ ਸਥਾਨ ਹੈ ਜੀ। ਸੋ ਸਾਧ ਸੰਗਤ ਜੀ ਸਾਡੇ ਸਤਿਕਾਰਯੋਗ ਵੀਰ ਭਾਈ ਗੁਰਦੀਪ ਸਿੰਘ ਪੌਂਟਾ ਸਾਹਿਬ ਵਾਲਿਆਂ ਨੇ ਆਪਾਂ ਨੂੰ ਗੁਰਦੁਆਰਾ ਪੌਂਟਾ ਸਾਹਿਬ ਦਾ ਇਤਿਹਾਸ ਸਾਂਝਾ ਕੀਤਾ। ਸੋ ਆਪ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਸੰਗਤ ਕੋਲ ਵੀ ਗੁਰੂ ਦਾ ਇਤਿਹਾਸ ਗੁਰੂ ਦੀ ਨਗਰੀ ਦਾ ਇਤਿਹਾਸ ਪਹੁੰਚੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।